ਜਲੰਧਰ ਪੱਛਮੀ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਹੋ ਗਿਆ ਹੈ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਵਿੱਚ ਹਲਚਲ ਸ਼ੁਰੂ ਹੋ ਗਈ ਹੈ। ਜਲੰਧਰ ਪੱਛਮੀ ਦੇ ਲੋਕ ਚੋਣਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹਨ, ਇਸ ਸੰਬੰਧੀ ਵਿਸ਼ੇਸ਼ ਚਰਚਾ ਕੀਤੀ ਗਈ। ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਅਜੇ ਕੁਮਾਰ ਦੀ ਜਲੰਧਰ ਤੋਂ ਵਿਸ਼ੇਸ਼ ਰਿਪੋਰਟ। ਸਰ, ਕਿੱਦਾਂ ਦੇਖਦੇ ਪਏ ਜਿਮਣੀ ਚੋਣਾਂ ਹੋਣ ਲੱਗੀ ਹੈ, ਕੀ ਪਾਰਟੀ ਦੇਖ ਕੇ ਵੋਟ ਪਾਓਗੇ ਜਾਂ ਫਿਰ ਚਿਹਰਾ ਦੇਖ ਕੇ ਵੋਟ ਪਾਓਗੇ? ਨਸ਼ੇ ਤੋਂ ਇਲਾਵਾ ਕਿਹੜੇ ਮੁੱਦੇ ਇੱਥੇ, ਸੜਕਾਂ ਦੇ, ਪਾਣੀ ਦੇ, ਹੋਰ ਕੀ ਮੁੱਦਾ? ਪਾਣੀ ਦਾ ਤਾਂ ਹੈ ਹੀ ਨੀ ਕੁਛ ਵੀ, ਸਾਰਾ ਪਾਣੀ ਖਰਾਬ ਆਣ ਡਿਆ। ਕਿੰਨੇ ਸਮੇਂ ਤੋਂ ਇਹ ਹੋ ਗਿਆ? ਮੇਰਾ ਪਾਰਟੀ ਤੋਂ ਪਹਿਲਾਂ ਦਾ ਹੀ ਹੋ ਗਏ ਆ, ਚੋਣਾਂ ਤੋਂ ਪਹਿਲਾਂ ਦਾ ਹੀ ਆ ਪਾਰਟੀ। ਪਰ ਕਿਸੇ ਨੇ ਦਾਵਾ ਨਹੀਂ ਕੀਤਾ ਕਿ ਇਹਨੇ ਨਹੀਂ ਕੀਤਾ? ਜਦ ਕਿ ਕੋਈ ਉਮੀਦਵਾਰ ਇੱਥੇ ਵੋਟ ਮੰਗਣ ਆਉਂਦਾ, ਕੀ ਕਹੋਗੇ ਉਹਨੂੰ ਵੀ ਭਾਈ ਕਿਹੜੇ ਮਸਲੇ ਸਾਡੇ ਹੱਲ ਕਰਦੇ? ਉਹ ਸਾਰੇ ਮਸਲੇ ਹੱਲ ਕਰਨ ਵਾਲੇ ਆ, ਸਹੀ ਆ ਕਿਹੜੇ ਆ। ਹਾਂਜੀ, ਕੀ ਨਾਮ ਹੈ ਤੁਹਾਡਾ? ਗੋਰਖਨਾਥ। ਗੋਰਖਨਾਥ ਜੀ, ਵੈਸਟ ਵਿੱਚ ਜਿਮਣੀ ਚੋਣਾਂ ਹੋਣ ਜਾ ਰਹੀ ਹੈ, ਕਿੱਦਾਂ ਪਹਿਲਾਂ ਤੁਹਾਨੂੰ ਦੇਖਦੇ ਪਏ ਸੀ ਇਹਨੂੰ, ਕਿਉਂਕਿ ਸ਼ੀਤਲ ਅਗਰਵਾਲ ਨੇ ਜਿਹੜਾ ਕੀ ਹੈ ਅਸਤੀਫਾ ਦੇ ਦਿੱਤਾ ਸੀਗਾ, ਜਿਸ ਕਰਕੇ ਦੁਬਾਰਾ ਇਲੈਕਸ਼ਨ ਹੋ ਗਿਆ? ਹਾਂਜੀ, ਠੀਕ ਹੋ ਰਿਹਾ। ਮਤਲਬ ਕਿ ਨਾਲੇ ਸਵੇਰੇ ਤੋਂ ਵੋਟਾਂ ਪੈਣੀਆਂ, ਆਹੋ ਅਤੇ ਮਹਿੰਦਰ ਭਗਤ ਜੀ ਆਉਣਾ ਚਾਹੀਦਾ ਅੱਗੇ। ਹਾਂ, BJP ਦੇ ਇੱਥੇ ਆ ਨਹੀਂ ਸਕਦੀ, ਨਾ ਆਉਣੀ ਹੈ। ਬਾਕੀ ਜੋ ਦੂਰ ਅੱਗੇ ਚੱਲਿਆ, ਚੰਨੀ ਦਾ ਜਾਂ ਮਹਿੰਦਰ ਭਗਤ ਦਾ, ਇਹਨੇ ਜੋ ਆਇਆ ਨਹੀਂ ਕਾਂਗਰਸ 'ਚੋਂ ਜਾਂ ਮੇਰੇ ਝਾੜੂ ਵਾਲਿਆਂ 'ਚੋਂ। ਕਿਹੜੇ ਕੰਮ ਲੱਗਦੇ ਵੈਸਟ ਹਲਕੇ 'ਚ ਹੋਣ ਵਾਲੇ? ਕੰਮ ਤਾਂ ਕਾਫੀ ਹੈਗੇ ਨੇ, ਸੜਕਾਂ ਦੇ ਆ, ਸੀਵਰੇਜ ਦੇ ਆ, ਕਾਫੀ ਇਹ ਕੰਮ ਹੋਣ ਵਾਲੇ। ਦਾ ਮੁੱਦਾ ਬੜਾ ਉੱਠਦਾ ਵੈਸਟ, ਉਹ ਤਾਂ ਕਾਫੀ ਉੱਠਿਆ। ਉਹਦੇ ਕੱਲ੍ਹ ਵੀ ਇੱਕ ਮਤਲਬ ਕਿ ਲਾਚ ਚੱਕੀ ਹੈਗੀ ਅੱਡੇ ਤੋਂ, ਟੀਕੇ ਲਾਉਂਦੇ। ਬਾਕੀ ਨਸ਼ੇ ਦਾ ਮੁੱਦਾ ਤਾਂ ਚੱਕਣਾ ਚਾਹੀਦਾ। ਹਾਂਜੀ, ਕੀ ਨਾਮ ਹੈ? ਰਵਿੰਦਰ ਕੁਮਾਰ। ਸਰ, ਜਿਮਣੀ ਚੋਣਾਂ ਹੋਣ ਜਾ ਰਹੀ ਹੈ ਵੈਸਟ ਹਲਕੇ ਦੀ, ਕੀ ਇਸ ਵਾਰੀ ਸ਼ਕਲ ਦੇਖ ਕੇ ਵੋਟ ਪਾਓਗੇ ਜਾਂ ਫਿਰ ਪਾਰਟੀ ਦੇਖ ਕੇ? ਇਸ ਵਾਰੀ ਜੀ ਸ਼ਕਲ ਦੇਖ ਕੇ ਪਏ। ਸ਼ਕਲ ਦੇਖ ਕੇ? ਹਾਂਜੀ। ਕਾਰਨ ਕੀ ਲੱਗਦਾ ਤੁਹਾਨੂੰ? ਕਾਰਨ ਇਹ ਵੇ ਕਿ ਕਿਹਦੀ ਉਮੀਦ ਕੀਤੀ ਜਾਂਦੀ ਹੈ ਸ਼ਕਲ ਦੇਖ ਕੇ, ਉਹ ਇੱਥੋਂ ਦਾ ਲੋਕਲ ਬੰਦਾ, ਵੈਸੇ ਤਾਂ ਸਾਰੇ ਹੀ ਲੋਕਲ ਨੇ, ਪਰ ਉਸਦੀ ਬਲਾਦਰੀ ਦਾ ਜ਼ਿਆਦਾ ਪ੍ਰਭਾਵ ਹੈ। ਮੁੱਦੇ ਇੱਥੇ ਬਹੁਤ ਨੇ, ਕਿਉਂਕਿ ਉਹ ਆਮ ਪਾਰਟੀ ਵੱਲੋਂ ਹੈ, ਅਤੇ ਆਮ ਪਾਰਟੀ ਨੇ ਕਿੱਦਾਂ ਹੁਣ ਇੱਥੇ ਬਿਜਲੀ ਦੇ ਬਿੱਲ ਮਾਫ਼ ਕੀਤੇ ਨੇ, ਬਿਜਲੀ ਦੇ ਬਿੱਲ ਮਾਫ਼, 600 ਯੂਨਿਟ ਮਾਫ਼ ਕਰ ਦੇਣਾ ਬੜੀ ਵੱਡੀ ਗੱਲ ਹੈ। ਕਿਹੜਾ ਕਾਰੀਗਰ ਕਾਰਖਾਨੇ ਵਿੱਚੋਂ 8,000 ਤਨਖਾਹ ਲੈਂਦਾ, ਉਹਦਾ 5,000 ਦਾ ਬਿੱਲ ਮਾਫ਼ ਹੋ ਜਾਏ, ਉਹ ਤਾਂ ਫਿਰ ਵੋਟ ਪਾਏਗਾ ਨਾ? ਮੁੱਦਾ ਤਾਂ ਆਪਣੇ ਆਪ ਹੋ ਗਿਆ, ਠੀਕ ਹੈ? ਨਹੀਂ, ਇੱਕ ਮੁੱਦੇ ਬੜੇ ਤਰ੍ਹਾਂ ਦੇ ਨੇ, ਉਹਨਾਂ ਦੇ ਖਿਲਾਫ਼ ਵੀ ਹੈਗੇ ਨੇ। ਕਿੱਦਾਂ ਕਿ ਹੁਣ ਸੈਂਟਰ ਸਰਕਾਰ ਉਹਨੂੰ 5 ਕਿਲੋ ਅਨਾਜ ਫਰੀ ਦਿੰਦੇ ਨੇ ਪਏ, ਲੇਕਿਨ ਸਾਡਾ 30 ਕਿਲੋ ਬੰਦ ਕਰਕੇ 5 ਕਿਲੋ ਪੇ ਦਿੰਦੇ ਨੇ। ਮੁੱਦਾ ਹੈ ਨਾ, ਮੁੱਦਿਆਂ ਦੇ ਲੋਕਾਂ ਨੂੰ ਸਮਝ ਨਹੀਂ ਕਈਆਂ ਨੂੰ। ਵੈਸਟ ਹਲਕੇ ਦੇ ਗਰਾਊਂਡ ਦੇ ਮੁੱਦੇ ਕਿਹੜੇ ਜਿਹੜੇ ਤੁਹਾਨੂੰ ਵੈਸਟ ਦੇ ਲੱਗਦੇ? ਇੱਥੇ ਗੰਦੇ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ, ਖਾਸ ਕਰਕੇ ਇਸ ਏਰੀਏ ਦੇ ਵਿੱਚ ਕਿੱਥੇ ਤੁਸੀਂ ਖਲੋਤੇ ਹੋ, ਭਾਰਤ ਵਗਣ ਦੇ ਵਿੱਚ ਗੰਦਾ ਪਾਣੀ 2 ਸਾਲ ਤੋਂ ਆ ਰਿਹਾ। ਪਿਛਲੇ ਨਾ MP ਨੇ ਇੱਥੇ ਕੋਈ ਧਿਆਨ ਦਿੱਤਾ, ਨਾ MLA ਨੇ ਕੋਈ ਧਿਆਨ ਦਿੱਤਾ, ਗੰਦਾ ਪਾਣੀ ਔਰ ਸਾਫ਼ ਸਫਾਈ ਦਾ ਕੋਈ ਧਿਆਨ ਨਹੀਂ ਦਿੱਤਾ ਪੂਰੇ ਏਰੀਏ ਦੇ ਵਿੱਚ ਤਕਰੀਬਨ ਲਗਭਗ ਹੀ ਕੁਛ ਸੀ। ਹਾਂਜੀ ਭਾਅ ਜੀ, ਕੀ ਨਾਮ ਹੈ? ਵਰਿੰਦਰ ਕੁਮਾਰ ਜੀ, ਕਾਲੀ ਨਗਰ। ਵਰਿੰਦਰ ਜੀ, ਗੱਲ ਕਰੀਏ ਵੈਸਟ ਜਿਮਣੀ ਚੋਣਾਂ ਹੋਣ ਜਾ ਰਹੀ ਵੀ ਹੈ, ਇਸ ਵਾਰ ਕੀ ਪਾਰਟੀ ਦੇਖ ਕੇ ਵੋਟ ਪਾਊਗੀ ਜਾਂ ਫਿਰ ਜਿਹੜੀ ਨੁਮਾਇੰਦਾ ਜਿਹੜਾ ਹੋਊਗਾ ਉਮੀਦਵਾਰ ਹੋਊਗਾ ਉਹਨੂੰ ਦੇਖ ਕੇ ਵੋਟ ਪਾਊਗੀ? ਪਾਰਟੀ ਦੇਖ ਕੇ ਵੋਟ ਪਾਈ ਜਾਏ, ਇਮਾਨਦਾਰੀ ਵੀ ਦੇਖ ਕੇ ਵੋਟ ਪਾਈ ਜਾਏਗੀ। ਹਰ ਵਾਰੀ ਇੱਦਾਂ ਹੁੰਦਾ, ਕੋਈ ਇਹ ਤਾਂ ਹੈ ਨਹੀਂ ਕਿ ਤੁਸੀਂ ਦੂਸਰੇ ਤਰੀਕੇ ਨਾਲ ਵੋਟ ਪਾਓਗੇ। ਇਮਾਨਦਾਰ ਬੰਦਾ
ਔਰ ਪਾਰਟੀ ਦੇ ਨਾਲ ਰਿਲੇਟਡ ਹੋਏਗਾ ਤਾਂ ਹੀ ਤੁਸੀਂ ਵੋਟ ਪਾਓ। 2 ਸਾਲ ਤੱਕ ਘੱਟੋ ਘੱਟ ਕੱਟ ਤਾਂ ਹੋ ਗਿਆ ਸੀਗਾ, ਲੱਗਦਾ ਸੀ ਕੰਮ ਹੋਏ 2 ਸਾਲ 'ਚ ਤੁਹਾਡੇ ਸਾਹਮਣੇ ਜਿੰਨੇ ਕੁ ਹੋਏ ਆ। ਚਲੋ ਜਿਹੜੇ ਪੱਤਰਕਾਰ ਨੇ ਜਾਂ ਜਿਹੜੇ ਪ੍ਰੈਸ ਵਾਲੇ ਨੇ ਉਹ ਬੰਦੇ ਨੂੰ ਪਤਾ ਹੈ ਕਿੰਨੇ ਕੁ ਕੰਮ ਹੋਏ ਨੇ 2 ਸਾਲ ਦੇ ਵਿੱਚ। ਨਸ਼ਾ, ਬੇਰੁਜ਼ਗਾਰੀ, ਹਰ ਇੱਕ ਤਰ੍ਹਾਂ ਦੀ ਲੁੱਟ ਖੋ, ਇੱਥੇ ਨਸ਼ਾ ਦੇਖੋ ਕਿੰਨਾ, ਉਸ ਪਾਸੇ ਕਿਸੇ ਨਜ਼ਰ ਹੀ ਨਹੀਂ ਹੈਗੀ। ਉਸ ਪਾਸੇ ਵੀ ਧਿਆਨ ਦੇ ਨਾ ਪਾਰਟੀ ਤਾਂ ਕਿ ਉਹ ਉਭਰ ਕੇ ਅੱਗੇ ਆਵੇ। ਜੇ ਆਪਾਂ ਐਸਾ ਇਹਨਾਂ ਗੱਲਾਂ 'ਤੇ ਧਿਆਨ ਹੀ ਨਹੀਂ ਦੇਣਾ ਤਾਂ ਫਿਰ ਕਿੱਦਾਂ ਆਪਾਂ ਅੱਗੇ ਆਵਾਂਗੇ। ਨਸ਼ੇ ਦਾ ਬਹੁਤ ਨਾਮ ਆਉਂਦਾ ਜਦੋਂ ਵੀ ਜਲੰਧਰ 'ਚ, ਬੈਸਟ ਹਲਕੇ ਦਾ ਹੀ ਨਾਮ ਆਉਂਦਾ। ਕਾਰਨ ਕੀ ਲੱਗਦੇ ਨੇ, ਹੱਲ ਕਿਉਂ ਨਹੀਂ ਹੋ ਪਾ ਰਹੇ ਨੇ? ਸਰ ਜੀ ਨਹੀਂ ਏਦਾਂ ਦੀ ਨਹੀਂ ਗੱਲ ਹੈ ਕੋਈ, ਇਹ ਪ੍ਰਸ਼ਾਸਨ ਨੂੰ ਥੋੜ੍ਹਾ ਜਿਹਾ ਆਪਣੇ ਵੱਲੋਂ ਕਰਨੇ ਪੈਣਾ, ਪ੍ਰਸ਼ਾਸਨ ਨੂੰ ਥੋੜ੍ਹਾ ਜਿਹਾ ਕਰਨੇ ਪੈਣਾ। ਪ੍ਰਸ਼ਾਸਨ ਜਿੰਨੇ ਤੱਕ ਨਹੀਂ ਇਸ ਬਾਰੇ ਅਵੇਅਰਨੈਸ ਹੋਏਗੀ ਉਨੇ ਤੱਕ ਕੁਛ ਨਹੀਂ ਹੋ ਸਕਦਾ, ਕਿਸੇ ਪਾਸੇ ਵੀ ਨਹੀਂ ਹੋ ਸਕਦਾ। ਕਿੱਦਾਂ ਤੁਸੀਂ ਠੱਲ ਪਾਓਗੇ ਉਸ ਚੀਜ਼ 'ਤੇ? ਪ੍ਰਸ਼ਾਸਨ ਚਾਹੇਗਾ, ਉਹ ਜਦੋਂ ਕਹਿੰਦੇ ਨੇ ਕਿ ਪ੍ਰਸ਼ਾਸਨ ਜੇ ਚਾਹੇ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ, ਤਾਂ ਫਿਰ ਕਿੱਦਾਂ ਹਿੱਲੇਗਾ? ਪ੍ਰਸ਼ਾਸਨ ਕਰਦਾ ਹੀ ਨਹੀਂ। ਪ੍ਰਸ਼ਾਸਨ ਲੈ ਕੇ ਪਬਲਿਕ ਨੂੰ ਆਪਣੇ ਨਾਲ ਚੱਲੇ ਫਿਰ ਕੰਮ ਕਰੇਗਾ। ਹਾਂਜੀ, ਕੀ ਨਾਮ ਹੈ? ਮੋਹਨਲਾਲ ਜੀ, ਦੁਬਾਰਾ ਜਿਮਨੀ ਚੋਣ ਹੋਣ ਜਾ ਰਹੀ ਬੈਸਟ ਹਲਕੇ 'ਚ, ਕਿੱਦਾਂ ਲੱਗ ਰਿਹਾ ਜੀ? ਸੀਤਲ ਸੀਤਲ ਤਾਂ ਗਿਆ, ਸੀਤਲ ਲੱਗ ਹੀ ਰਹਿਣਾ ਜੀ, ਸੀਤਲ ਗਿਆ। ਦੁਬਾਰਾ ਖੜੇ ਹੋ ਸਕਦੇ ਨੇ, ਕੀ ਬੰਦਾ ਦੇਖ ਕੇ ਵੋਟ ਪਾਉਂਗੇ ਕਿ ਪਾਰਟੀ? ਨਾ ਨਾ, ਪਾਰਟੀ ਮਤਲਬ ਇਹਨੂੰ ਪੈਣੀ ਨਹੀਂ ਵੋਟ, ਜਿਹੜੀ ਮਰਜ਼ੀ ਪਾਰਟੀ 'ਚ ਆ ਜਾਵੇ। ਮੁੱਦੇ ਕੀ ਹੈਗੇ ਆ? ਮੁੱਦੇ ਕੰਮ ਹੀ ਨਹੀਂ ਕੋਈ ਚੰਗਾ ਹੋਇਆ। ਕਿਹੜੇ ਲੱਗਦਾ ਕਿ ਹੋਣੇ ਚਾਹੀਦੇ ਸੀਗੇ 2 ਸਾਲਾਂ 'ਚ? ਸੁਧਾਰ ਹੀ ਇੱਥੇ ਸਾਡੇ ਲੋਕਾਂ ਨੂੰ, ਪਾਣੀ ਪੂਣੀ ਚਾਹੀਦਾ ਹੁੰਦਾ, ਹੋਰ ਕੀ ਚਾਹੀਦਾ ਹੁੰਦਾ? ਬੰਦਾ ਦੇਖਾਂਗੇ, ਵੋਟ ਉਹਨੂੰ ਪਾਵਾਂਗੇ।